ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਭੈਣ ਭਰਾ, ਉਮੀਦ ਕਰਨਾ ਸਾਰੇ ਠੀਕ ਠਾਕ ਹੋ। ਸੋ ਬਿਲਕੁਲ ਜਨਾਬ, ਅੱਜ ਅਸੀਂ ਫਿਰ ਆ ਗਏ ਹਾਂ ਬਟ ਕੜਾਈ ਬ੍ਰੈਡ ਫੋਰਡ 'ਚ। ਹੈ ਜੀ, ਬਟ ਕੜਾਈ 'ਚ ਅਸੀਂ ਆਏ ਹਾਂ ਜਨਾਬ, ਤਾਂ ਹੁਣ ਅਸੀਂ ਅੰਦਰ ਜਨਾਬ ਪਹਿਲੇ ਤਾਂ ਕੈਮਰਾਮੈਨ ਤੋਂ ਬਾਹਰੋਂ ਦੱਸਣੇ, ਇਹ ਜਨਾਬ ਟਰੱਕ ਵੀ ਦੱਸਣੇ ਅੰਦਰ। ਇਹ ਜਨਾਬ ਕੈਮਰਾਮੈਨ ਤੁਸੀਂ ਕਿ ਜਨਾਬ ਟਰੱਕ ਵੀ ਦੱਸਣੇ ਅੰਦਰ ਜਨਾਬ। ਇਹ ਜਨਾਬ ਬਟ ਕੜਾਈ ਬ੍ਰੈਡ ਫੋਰਡ, ਠੀਕ ਹੈ ਜਨਾਬ। ਇੱਥੇ ਅਸੀਂ ਆਏ ਹਾਂ, ਅੱਜ ਅਸੀਂ ਇਹਨਾਂ ਨਾਲ ਫੂਡ ਸ਼ੂਟ ਫਿਰ ਖਾਸਾਂ ਜਨਾਬ, ਟਰਾਈ ਕਰਸਾਂ, ਦੱਸਾਂ ਤੁਸੀਂ ਕਿ ਬਾਈ। ਵੈਸੇ ਦੱਸਾਂ ਅੱਗੇ ਲਾਈ ਹੈ ਬਟ ਕੜਾਈ, ਕਾਫੀ ਭੈਣਾਂ ਭਰਾਵਾਂ ਪਸੰਦ ਕੀਤੀ ਹੈ, ਬਹੁਤ ਵਿਊ ਆਏ ਸਨ ਜੀ। ਅੱਜ ਅਸੀਂ ਫਿਰ ਆਏ ਹਾਂ, ਇਨਸ਼ਾਅੱਲਾ ਅੰਦਰ ਜੁਲਦੇ ਹਾਂ। ਹੁਣ ਫਿਰ ਕੈਮਰਾ ਮਾਰਨੇ, ਕਿਉਂਕਿ ਨੇ ਅੰਦਰੋਂ ਥੋੜ੍ਹਾ ਜਿਹਾ ਬਣਾਇਆ ਨਾਇਸ ਨਾ, ਅੰਦਰੋਂ ਰਿਫਰਬਿਸ਼ ਕੀਤਾ। ਹੁਣ ਫਿਰ ਆਓ ਅੰਦਰ ਜੁਲਦੇ ਹਾਂ, ਅੰਦਰੋਂ ਬਣਾਉਣੇ ਆ ਜਨਾਬ ਵੀਡੀਓ, ਤਾਂ ਤੁਸੀਂ ਕੀ ਦੱਸਣੇ ਆ ਫਿਰ, ਆ ਜਾਓ ਜੀ। ਬਿਲਕੁਲ ਜਨਾਬ, ਅਸੀਂ ਇਨਸਾਈਡ ਆ ਗਏ ਹਾਂ, ਮਾਸ਼ਾਅੱਲਾ ਪਹਿਲੇ ਵੀ ਨਾਇਸ ਸੀ, ਹੁਣ ਇਹਦਾ ਜਨਾਬ ਹੋਰ ਨਾਇਸ ਬਣਾਇਆ, ਠੀਕ ਹੈ ਜੀ। ਅੰਦਰੋਂ ਕੰਮ ਸ਼ਮ ਕਾਫੀ ਕੀਤਾ ਨੇ। ਇਹ ਕੈਮਰਾਮੈਨ ਕੈਮਰਾ ਮਾਰ ਕੇ ਦੱਸਣੇ ਜਨਾਬ ਸਾਰਾ ਤੁਸੀਂ ਕੀ ਹੈ ਜੀ। ਬਿਲਕੁਲ ਜਨਾਬ, ਰਿਫਰਬਿਸ਼ ਹੋਇਆ ਹੁਣ ਜਨਾਬ। ਮੈਂ ਤੁਸੀਂ ਕੀ ਜ਼ਰੂਰ ਆਖਸਾਂ ਵੀ ਤੁਸੀਂ ਇੱਥੇ ਆਓ, ਇਹਨਾਂ ਦਾ ਖਾਣਾ ਜ਼ਰੂਰ ਟਰਾਈ ਕਰੋ। ਹੈ ਜੀ, ਬਹੁਤ ਹੀ ਅੱਛਾ ਖਾਣਾ ਬਣਾਉਣੇ ਨੇ ਜਨਾਬ। ਅਸੀਂ ਅੱਗੇ ਦੱਸਿਆ ਸੀ ਖਾਣਾ, ਮਾਸ਼ਾਅੱਲਾ ਉਸ ਟਾਈਮ ਬਹੁਤ ਭੈਣਾਂ ਭਾਈਆਂ ਸਾਡੇ ਪਸੰਦ ਕੀਤਾ ਸੀ, ਠੀਕ ਹੈ ਜੀ। ਸਾਰਿਆਂ ਆਖਿਆ ਜੀ ਮਾਸ਼ਾਅੱਲਾ, ਇਹਨਾਂ ਦਾ ਫੂਡ ਵੀ ਨਾਇਸ ਹੈ ਔਰ ਇਨ ਸਾਈਡ ਇਹਨਾਂ ਬਣਾਇਆ ਵੀ ਨਾਇਸ ਹੈ। ਤਾਂ ਬਿਲਕੁਲ ਅਸਾਂ ਅੱਜ ਫਿਰ ਆਏ ਹਾਂ ਇੱਥੇ ਜਨਾਬ, ਅੱਜ ਅਸਾਂ ਇਹਨਾਂ ਦਾ ਖਾਣਾ ਫਿਰ ਟਰਾਈ ਕਰਸਾਂ ਜਨਾਬ ਹੁਣ। ਤਾਂ ਬਿਲਕੁਲ ਸਾਡੇ ਨਾਲ ਰਹੇ, ਤਕੜੇ ਰਹੇ ਕੈਮਰਾਮੈਨ ਜੀ, ਅੱਗੇ ਵੀ ਕੈਮਰਾ ਮਾਰ ਕੇ ਦੱਸੋ ਜ਼ਰਾ ਜੀ। ਮਾਸ਼ਾਅੱਲਾ ਨਾਇਸ ਬਣਿਆ ਜਨਾਬ, ਅੰਦਰੋਂ ਫੈਮਿਲੀ ਨਾਲ ਬਹਿ ਕੇ ਖਾਣੇ ਦਾ ਮਾਹੌਲ ਅੰਦਰ ਹੈ ਜੀ। ਬਿਲਕੁਲ ਜਨਾਬ, ਇੱਥੇ ਖਾਣਾ ਵੀ ਅੱਛਾ ਔਰ ਉਸ ਤੋਂ ਬਾਅਦ ਆਈਸਕ੍ਰੀਮਾਂ ਵਗੈਰਾ ਜਨਾਬ, ਇੱਥੇ ਤੁਸੀਂ ਆ ਕੇ ਆਈਸਕ੍ਰੀਮ ਵੀ ਖਾ ਸਕਦੇ ਹੋ, ਅੱਗੇ ਜਨਾਬ ਇੱਧਰ ਤੁਸੀਂ ਪਾਨ ਵੀ ਖਾ ਸਕਦੇ ਹੋ। ਮਾਸ਼ਾਅੱਲਾ ਜਨਾਬ, ਅਸੀਂ ਪਿਛਲੀ ਦਫ਼ਾ ਆਏ ਸਾਂ ਇੱਥੇ, ਅਸੀਂ ਪਾਨ ਇਹਨਾਂ ਕੋਲ ਹੁੰਦੇ ਸਨ ਜਨਾਬ, ਵੈਰੀ ਨਾਇਸ ਪਾਨ ਸਨ ਇਹਨਾਂ ਨੇ ਔਰ ਸਾਡੇ ਕੈਮਰਾਮੈਨ ਬਹੁਤ ਪਸੰਦ ਕੀਤਾ ਸੀ ਪਾਨ, ਠੀਕ ਹੈ ਜੀ। ਪਾਨ ਵੀ ਬਣਾਉਣੇ ਜਨਾਬ, ਉਸ ਤੋਂ ਅੱਗੇ ਜਨਾਬ ਇਹ ਡਿਜ਼ਰਟ ਵਗੈਰਾ ਵੀ, ਗਜਰੇਲਾ ਵਗੈਰਾ ਜਨਾਬ, ਰਸਗੁੱਲੇ, ਗੁਲਾਬ ਜਾਮਨ, ਹਰ ਚੀਜ਼ ਮਿਲ ਸੀ ਜਨਾਬ ਤੁਸੀਂ। ਉਸ ਤੋਂ ਬਾਅਦ ਇੱਧਰ ਮਾਰੋ ਕੈਮਰਾਮੈਨ ਜੀ, ਇੱਧਰ ਵੀ ਦੱਸੋ ਜ਼ਰਾ ਜੀ। ਮਾਸ਼ਾਅੱਲਾ ਇਨ ਸਾਈਡ ਜਨਾਬ, ਬਹੁਤ ਹੀ ਅੱਛਾ ਮਾਹੌਲ ਇਹਨਾਂ ਬਣਾਇਆ ਜਨਾਬ, ਇੱਥੇ ਆ ਕੇ ਫੈਮਿਲੀ ਨਾਲ ਬਹਿ ਕੇ ਖਾਓ ਔਰ ਇੰਜੋਏ ਕਰੋ, ਠੀਕ ਹੈ ਜੀ। ਉਸ ਤੋਂ ਅੱਗੇ ਜਨਾਬ ਤੁਹਾਨੂੰ ਸ਼ੈਫਰਾਂ ਨਾਲ ਵੀ ਮਿਲਾਉਣੇ ਆ, ਮਾਸ਼ਾਅੱਲਾ ਮੀਟ ਦਾ ਸ਼ੈਫ, ਇਹ ਸਾਡੇ ਭਾਈ ਜਨਾਬ ਹੈ, ਹੁਣ ਇਹਨਾਂ ਨਾਲ ਸਲਾਮ ਅਲੈਕਮ ਵੀ ਕਰਸਾਂ, ਗੱਪਸ਼ੱਪ ਵੀ ਲਾਸਾਂ ਇਹਨਾਂ ਨਾਲ ਜਨਾਬ, ਜ਼ਰੂਰ ਤੁਸੀਂ ਕਿਹਨਾਂ ਨਾਲ ਮਿਲਾਸਾਂ ਵੀ ਜਨਾਬ, ਠੀਕ ਹੈ ਜੀ। ਅਸੀਂ ਤਾਂ ਮਿਲੇ ਇਹਨਾਂ ਨਾਲ, ਲੇਕਿਨ ਤੁਸੀਂ ਕੋਈ ਮਿਲਾਸਾਂ ਹੁਣ ਤਾਂ ਜੁਲਸਾਂ ਅੰਦਰ ਜਨਾਬ, ਅਸੀਂ ਇਹਨਾਂ ਨਾਲ ਗੱਪਸ਼ੱਪ ਵੀ ਕਰਸਾਂ ਔਰ ਤੁਸੀਂ ਕੀ ਦੱਸਣੇ ਹੋਏ ਭਾਈ ਜਿਹੜੇ ਸਾਡੇ ਸ਼ੈਫ ਹਨ ਕੁਣ, ਉਹਨਾਂ ਨਾਲ ਵੀ ਗੱਪ ਕਰ ਰਹੇ ਹਾਂ, ਆਓ ਜਨਾਬ। ਬਿਲਕੁਲ ਜਨਾਬ, ਤੁਸੀਂ ਸਫਾਈ ਨਾਲ ਇਹਨਾਂ ਦਾ ਮਾਹੌਲ ਤੱਕ ਜਨਾਬ, ਸਫਾਈ ਮਾਸ਼ਾਅੱਲਾ, ਟੇਬਲਾਂ ਪਰ ਕੈਮਰਾਮੈਨ ਜੀ ਕੈਮਰਾ ਮਾਰ ਕੇ ਦੱਸੋ ਮਾਸ਼ਾਅੱਲਾ, ਸਫਾਈ ਕਿਤਨੀ ਬਿਹਤਰੀਨ ਰੱਖੀ ਹੈ ਅੰਦਰੋਂ ਜੀ। ਤਾਂ ਮਾਸ਼ਾਅੱਲਾ ਆਰਟੀਫਿਸ਼ਲ ਫਲਾਵਰ ਵਗੈਰਾ ਵੀ ਇਹਨਾਂ ਰੱਖੇ ਜਨਾਬ, ਬਿਹਤਰੀਨ ਆਪਣਾ ਪੌਦੇ, ਸਹੀ ਰੌਣਕ ਬਣਾਈ ਇਨ ਸਾਈਡ ਹੈ ਜੀ। ਇੱਧਰ ਵੀ ਜਨਾਬ ਕੈਮਰਾ ਮਾਰ ਕੇ ਦੱਸੋ, ਅਗਰ ਤੁਸੀਂ ਫੈਮਿਲੀ ਨਾਲ ਆਏ ਹੋ, ਸਾਈਡ ਪਰ ਬਹਿਣਾ ਚਾਹੁੰਦੇ ਹੋ, ਉਹ ਇਨ ਸਾਈਡ ਇੱਧਰ ਫੈਮਿਲੀ ਦਾ ਮਾਹੌਲ ਵੀ ਹੈ ਜਨਾਬ, ਤੁਸੀਂ ਅੰਦਰ ਸੈਪਰੇਟ ਇੱਕ ਪਾਸੇ ਬਹਿ ਕੇ ਵੀ ਖਾ ਸਕਦੇ ਹੋ, ਠੀਕ ਹੈ ਜੀ। ਉਹ ਇਹਨੇ ਸੈਪਰੇਟ ਇੱਧਰ ਰੱਖਿਆ ਫੈਮਿਲੀਆਂ ਵਾਸਤੇ ਨਹੀਂ, ਤਾਂ ਵੈਸੇ ਤਾਂ ਤੁਸੀਂ ਜਿੱਥੇ ਮਰਜ਼ੀ ਹੈ ਬਹੁਤ ਜਨਾਬ, ਕਾਫੀ ਟੇਬਲ ਇਹਨਾਂ ਕੋਲ ਲੱਗੇ, ਤਾਂ ਅਗਰ ਫੈਮਿਲੀ ਨਾਲ ਬਹਿਣਾ ਚਾਹੁੰਦੇ ਹੋ, ਇੱਕ ਸਾਈਡ ਪਰ ਤੁਸੀਂ ਬਹਿ ਕੇ ਖਾ ਸਕਦੇ ਹੋ, ਠੀਕ ਹੈ ਜਨਾਬ। ਉਸ ਤੋਂ ਬਾਅਦ ਜਨਾਬ ਇਹ ਤੱਕ ਮਾਸ਼ਾਅੱਲਾ ਅਵਾਰਡ ਵਿਨਰ ਨੇ ਜਨਾਬ, ਅਵਾਰਡ ਵਿਨਿੰਗ ਸ਼ੈਫ, ਠੀਕ ਹੈ ਜਨਾਬ। ਇਹ ਵੀ ਦੱਸੋ ਕੈਮਰਾਮੈਨ ਜੀ, ਕਲੋਜ਼ ਕਰਕੇ ਦੱਸੋ ਜ਼ਰਾ। ਮਾਸ਼ਾਅੱਲਾ ਕਰੀਆਂ ਜਨਾਬ, ਜਿਸ ਤੁਸੀਂ ਪਿਕਚਰ 'ਚ ਨਜ਼ਰ ਆ ਰਹੀਆਂ ਨੇ, ਇਸ ਤੋਂ ਵੀ ਅੱਛੀਆਂ ਕਰੀਆਂ ਬਣਾਉਣੇ ਨੇ, ਠੀਕ ਹੈ ਜੀ। ਕਰੀਆਂ ਅਸਾਂ ਅੱਗੇ ਟਰਾਈ ਕਰਕੇ ਗਏ, ਇਸ ਵਾਸਤੇ ਅਸੀਂ ਦੁਬਾਰਾ ਆਏ ਹਾਂ ਵਾਪਸ ਤੁਸੀਂ ਕੀ ਦੱਸਣੇ ਵਾਸਤੇ। ਤਾਂ ਮਾਸ਼ਾਅੱਲਾ ਇਨ ਸਾਈਡ ਜਨਾਬ ਤੱਕੋ, ਨਾਈਸ ਮਾਹੌਲ ਬਣਾਇਆ ਨੇ ਜਨਾਬ। ਇੱਥੇ ਮਾਰੋ ਕੈਮਰਾਮੈਨ ਜੀ, ਦੱਸੋ ਲਾਹੌਰੀ ਬਟ ਕੜਾਈ ਜਨਾਬ, ਆਪਰ ਓਰੀਜਿਨਲ ਲਾਹੌਰੀ ਬਟ ਕੜਾਈ ਹੈ ਜੀ, ਠੀਕ ਹੈ ਜਨਾਬ। ਹੁਣ ਇਨਸ਼ਾਅੱਲਾ ਫੂਡ ਤਿਆਰ ਕਰ ਸਕਦੇ, ਗ੍ਰਿਲ ਗਰਮ ਹੋਣੀ ਹੈ ਬਈ,
ਫੂਡ ਤਿਆਰ ਕਰਸਾਂ ਜਨਾਬ, ਅਸਾਂ ਕਿਚਨ 'ਚ ਵੀ ਜਾਸਾਂ, ਜ਼ਰੂਰ ਕੈਮਰਾ ਮਾਰਸਾਂ ਉੱਥੇ ਵੀ। ਉਹ ਵੀ ਤੁਸੀਂ ਕੀ ਦੱਸਾਂ ਵੀ ਸੀਖ ਕਬਾਬ ਵਗੈਰਾ ਸਟਾਰਟਰ ਵਗੈਰਾ ਕਿਸ ਤਰ੍ਹਾਂ ਤਿਆਰ ਕਰ ਰਹੇ। ਠੀਕ ਹੈ ਜੀ, ਬਿਲਕੁਲ ਜਨਾਬ, ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਔਰ ਸਾਰੀ ਵੀਡੀਓ ਤੱਕਣੀ ਹੈ ਜਨਾਬ। ਔਰ ਵੀਡੀਓ ਤੱਕ ਕੇ ਇੱਥੇ ਆਓ ਜਨਾਬ, ਇਹਨਾਂ ਕਿ ਦੱਸੋ ਦੇਸੀ ਲਾਈਫ ਇਨ ਯੂਕੇ ਤੱਕ ਆਏ ਜਨਾਬ, ਤੁਸੀਂ ਖਿਦਮਤ ਕਰਸਨ ਜ਼ਰੂਰ ਹੈ। ਠੀਕ ਹੈ, ਉਹ ਇਹਨਾਂ ਦਾ ਸਾਨੂੰ ਅੰਦਰ ਜੁਲ ਕੇ ਇਹਨਾਂ ਦਾ ਗੱਪਸ਼ਪ ਵੀ ਲਾਉਣੇ ਆ। ਠੀਕ ਹੈ ਜੀ, ਕੈਮਰਾ ਬਿਲਕੁਲ ਜਨਾਬ, ਅਗਰ ਤੁਸੀਂ ਫੈਮਿਲੀ ਨਾਲ ਬਹਿ ਕੇ ਖਾਣਾ ਚਾਹੁੰਦੇ ਹੋ ਆਓ ਅੰਦਰ, ਇਹ ਵੀ ਤੁਸੀਂ ਕੀ ਦੱਸਣਾ ਜਨਾਬ, ਆ ਜਾਓ ਜੀ। ਬਿਲਕੁਲ ਜਨਾਬ, ਆਓ ਇੱਥੇ ਅੰਦਰ, ਫੈਮਿਲੀ ਮਾਹੌਲ ਆ ਜਨਾਬ ਇੱਥੇ। ਅਗਰ ਤੁਸੀਂ ਫੈਮਿਲੀ ਨਾਲ ਬਹਿਣਾ ਚਾਹੁੰਦੇ ਹੋ ਇੱਥੇ ਆਓ ਜਨਾਬ, ਸੈਪਰੇਟ ਇੱਕ ਪਾਸੇ ਫੈਮਿਲੀ ਕੇ ਆਉਣਾ, ਇੱਥੇ ਬਹਿ ਕੇ ਜਨਾਬ ਆਰਾਮ ਨਾਲ ਫੂਡ ਇੰਜੋਏ ਕਰੋ, ਕੋਈ ਰੌਲਾ ਗੋਲਾ ਨਹੀਂ, ਕੁਝ ਵੀ ਨਹੀਂ ਜਨਾਬ। ਮਾਸ਼ਾਅੱਲਾ, ਇਹ ਵੀ ਨਾ ਵੈਰੀ ਨਾਈਸ ਬਣਾਇਆ, ਹੁਣ ਇਹ ਵੀ ਨਾ ਰਿਫਰਬਿਸ਼ ਕੀਤੀ ਹੈ, ਇਹ ਰੂਮ ਵੀ ਨਾਈਸ ਬਣੀ ਹੈ ਜੀ, ਬਾਹਰੋਂ ਤਾਂ ਉਹਨਾਂ ਕੀਤਾ ਸਾਰਾ ਨਵਾਂ ਬਣਾਇਆ ਮਾਸ਼ਾਅੱਲਾ, ਲੇਕਿਨ ਇਹ ਵੀ ਨਾਈਸ ਜਨਾਬ ਇਹਨੇ ਬਣਾਇਆ, ਇਨਸਾਈਡ ਵੀ ਮਾਸ਼ਾਅੱਲਾ, ਆਰਟੀਫਿਸ਼ਲ ਫਲਾਵਰ ਵਗੈਰਾ ਵੀ ਲਾਏ ਨੇ ਇੱਥੇ, ਇਹਨਾਂ ਨਾਲ ਹੋਰ ਜ਼ਿਆਦਾ ਰੌਣਕ ਬਣੀ ਹੈ। ਠੀਕ ਹੈ ਜੀ, ਮਾਸ਼ਾਅੱਲਾ, ਚਿਹਰਾ ਨਾਈਸ, ਟੇਬਲ ਸਾਫ਼ ਐਂਡ ਕਲੀਨ ਜਨਾਬ, ਬਿਲਕੁਲ ਅੱਛਾ ਮਾਹੌਲ। ਤਾਂ ਹੁਣ ਜਨਾਬ ਫੂਡ ਬਣਨਾ ਪਿਆ ਸਾਡਾ, ਜਿਵੇਂ ਹੀ ਫੂਡ ਉੱਧਰ ਸ਼ੁਰੂ ਕਰ ਸਨ, ਅਸੀਂ ਤੁਸੀਂ ਕਿਚਨ 'ਚ ਵੀ ਜੋਲਸਾਂ ਜਨਾਬ, ਕਿਚਨ 'ਚ ਕੈਮਰਾ ਮਾਰ ਕੇ ਵੀ ਦੱਸਾਂ ਜ਼ਰੂਰ ਹੈ ਜੀ। ਬਿਲਕੁਲ ਜਨਾਬ, ਅਸਾਂ ਤੁਸੀਂ ਕਿਹਨਾਂ ਨੇ ਮੈਨਿਊ ਵੀ ਦੱਸਣੇ ਆ, ਕੈਮਰਾਮੈਨ ਮੈਨਿਊ ਪਰ ਇੱਥੇ ਮਾਰ ਰਹੇ ਜ਼ਰਾ ਕੈਮਰਾ ਜਨਾਬ। ਅਤੇ ਹੁਣ ਅਸਾਂ ਜਨਾਬ ਤੁਸੀਂ ਕੀ ਮੈਨਿਊ ਪੜ੍ਹ ਕੇ ਵੀ ਕੋਈ ਇੱਕ ਦੋ ਚੀਜ਼ਾਂ ਦੱਸਣੀਆਂ ਵੀ ਕਿਆ ਹਿਸਾਬ ਕਿਤਾਬ ਹੈ ਜੀ। ਬਿਲਕੁਲ ਜਨਾਬ, ਅਸਾਂ ਤੁਸੀਂ ਕੀ ਦੱਸਣ ਲੱਗੇ, ਕਹਿ ਦੱਸੀਏ ਜਨਾਬ, ਕਬਾਬਸ, ਚਿਕਨ ਕਬਾਬ ਜਨਾਬ 449 ਪੋਸ਼ਨ ਹੈ ਮਾਸ਼ਾਅੱਲਾ। ਫੈਮਿਲੀ ਪਲਾਟਰ ਜਿਹੜੀ ਸਭ ਤੋਂ ਅੱਛੀ ਚੀਜ਼ ਹੈ ਜਨਾਬ, ਇਹ ਫੈਮਿਲੀ ਪਲਾਟਰ ਹੈ। ਠੀਕ ਹੈ ਜੀ, ਇੱਥੇ ਮਾਰੋ ਕੈਮਰਾਮੈਨ ਜੀ, ਦੱਸੋ ਫੈਮਿਲੀ ਪਲਾਟਰ ਜਨਾਬ, ਇਹ ਜਿਹੜਾ ਇਹਨਾਂ ਨਾਲ ਇਸਨੇ ਵਿੱਚ ਸਾਰਾ ਕੁਝ ਹੈ। ਠੀਕ ਹੈ, ਜੇ ਤੁਸੀਂ ਪੜ੍ਹ ਸਕਦੇ ਹੋ ਜਨਾਬ ਆਪੂ ਵੀ, ਇਸਦੀ ਜਨਾਬ ਪ੍ਰਾਈਸ ਹੈ 1795, ਯਾਨੀ ਕਿ 18 ਪਾਉਂਡ ਨਾਲ ਫੈਮਿਲੀ ਪਲਾਟਰ ਦੇ ਸਕਦੇ ਜਨਾਬ। ਉਸਨੇ ਵਿੱਚ ਸੀਖ ਕਬਾਬ, ਚਿਕਨ ਟਿੱਕਾ, ਉਸਨੇ ਵਿੱਚ ਜਨਾਬ ਚਿਕਨ ਬੋਟੀ, ਲੈਂਬ ਚੌਪਸ, ਇਹ ਸਾਰੀਆਂ ਚੀਜ਼ਾਂ ਇਸਨੇ ਵਿੱਚ ਹੋ ਸਕਣ। ਠੀਕ ਹੈ ਜਨਾਬ, ਚਿਕਨ ਵਿੰਗਸ ਵੀ, ਚਿਕਨ ਵਿੰਗਸ ਵੀ ਹੋ ਸਕਣ ਇਸਨੇ ਜਨਾਬ। ਠੀਕ ਹੈ ਜੀ, ਇਹ ਸਾਰਾ ਫੈਮਿਲੀ ਪਲਾਟਰ ਹੋ ਸੀ ਜਨਾਬ, ਜਿਉਂ ਹੀ ਫੈਮਿਲੀ ਪਲਾਟਰ ਇੱਥੇ ਟੇਬਲ ਹੈ ਭਰਾ ਸੀ, ਤੁਸੀਂ ਕਿਉਂ ਵੀ ਦੱਸਾਂ ਉਸ ਵਿੱਚ ਕਿਆ ਕਿਆ ਹੈ ਔਰ ਕਿਸ ਤਰ੍ਹਾਂ ਬਣਿਆ। ਠੀਕ ਹੈ ਜੀ, ਬਾਕੀ ਵੀ ਜਿਹੜੇ ਇੱਥੇ ਸਟਾਰਟਰ ਵਗੈਰਾ ਸਾਰੇ ਇੱਥੇ ਪ੍ਰਾਈਸਾਂ ਵਗੈਰਾ ਸਾਰੀਆਂ ਇਹਨਾਂ ਲਿਖੀਆਂ, ਲੇਕਿਨ ਅਸ ਮਾਰੋ ਇੱਥੇ ਦੱਸੋ ਸਟਾਰਟਰ ਵਗੈਰਾ ਸਾਰੇ। ਉਸ ਤੋਂ ਅੱਗੇ ਤੁਸੀਂ ਆਂਡੀ ਵੀ ਦੱਸਣੇ ਆ ਜਨਾਬ, ਹੈ ਜੀ। ਇਸ ਤੋਂ ਅੱਗੇ ਜਨਾਬ ਅਸਾਂ ਆ ਜਾਣੇ ਆ ਆਂਡੀ ਵਾਲੇ ਪਾਸੇ। ਠੀਕ ਹੈ ਜੀ, ਬਿਲਕੁਲ ਜਨਾਬ, ਆਂਡੀਆਂ ਵਿੱਚ ਇਹਨਾਂ ਕੋਲ ਹੈ ਅਲੀਮ, ਇੱਥੋਂ ਜਿੱਥੋਂ ਜਨਾਬ ਅਲੀਮ ਵੀ ਮਿਲ ਸਕਣਾ 899, ਪਾਇਆ ਮਿਲ ਸਕਣਾ ਜਨਾਬ, ਨਿਹਾਰੀ ਮਿਲ ਸਕਣੀ ਹੈ, ਲਾਹੌਰੀ ਛੋਲੇ ਵੀ ਮਿਲ ਸਕਣੇ ਜਨਾਬ। ਕਿਆ ਬਾਤ ਹੈ ਜਨਾਬ, ਯਾਨੀ ਕਿ ਛੋਲੇ ਪੂੜੀ ਵੀ ਤੁਸੀਂ ਇੱਥੇ ਖਾ ਸਕਣੇ ਆ, ਛੋਲੇ ਅਤੇ ਨਾਲ ਨਾਨ। ਠੀਕ ਹੈ ਜਨਾਬ, ਉਸ ਤੋਂ ਬਾਅਦ ਬਿਰਿਆਨੀ ਵਗੈਰਾ ਵੀ ਮਿਲ ਸੀ ਜਨਾਬ। ਉਸ ਤੋਂ ਅੱਗੇ ਆ ਜਾਣਾ ਜੀ ਬਟ ਕੜਾਈ ਸਪੈਸ਼ਲ, ਕਿਆ ਬਾਤ ਹੈ ਜਨਾਬ, ਬਟ ਕੜਾਈ। ਅਤੇ ਜੇ ਤੁਸੀਂ ਇਨਸੋ ਜਨਾਬ ਹਾਫ ਕੇ ਜੀ 16 ਪਾਉਂਡ, ਜੇ ਫੁੱਲ ਇਨਸੋ ਤਾਂ 25 ਪਾਉਂਡ, ਯਾਨੀ ਕਿ 24.99। ਕੈਮਰਾ ਮੈਂ ਜਿੱਥੇ ਕੈਮਰਾ ਮਾਰ ਕੇ ਦੱਸੋ ਸਾਰੀਆਂ ਇਹ ਸਾਰੀਆਂ ਡਿਸ਼ਾਂ ਨਹੀਂ ਇਹਨਾਂ ਜਨਾਬ। ਠੀਕ ਹੈ ਜੀ, ਦੇਸੀ ਘੀ, ਯਾਨੀ ਕਿ ਘਿਓ ਵਿੱਚ ਤੁਸੀਂ ਕੀ ਚਿਕਨ ਕੜਾਈ ਬਣਾ ਕੇ ਦੇ ਸਕਣ ਜਨਾਬ, ਘਿਓ ਵਿੱਚ ਚਿਕਨ ਕੜਾਈ ਔਰ ਘਿਓ ਵਿੱਚ ਲੈਂਬ ਕੜਾਈ ਵੀ ਬਣਾ ਸਕਣ, ਦੇਸੀ ਘਿਓ ਹੈ ਜੀ। ਦੇਸੀ ਘੀ, ਯਾਨੀ ਕਿ ਦੇਸੀ ਘਿਓ ਵਿੱਚ ਤੁਸੀਂ ਕਿ ਸਾਰਾ ਬਣਾ ਕੇ ਦੇ ਸਕਣ। ਠੀਕ ਹੈ ਜਨਾਬ, ਬਿਲਕੁਲ ਜਨਾਬ, ਹੁਣ ਅਸੀਂ ਪਤਾ ਕਰਿਆ ਉਹਨਾਂ ਕੋਲ ਕਿਚਨ ਨਹੀਂ, ਕਹਿ ਸੂਰਤ ਹਾਲ ਹੈ, ਗ੍ਰਿਲ ਗਰਮ ਹੋਈ ਹੈ, ਤਾਂ ਫਿਰ ਜਨਾਬ ਤੁਸੀਂ ਕਿਚਨ 'ਚ ਮਿਲ ਲਿਆ। ਅਸਲਾਮ ਵਾਲੇਕਮ ਜਨਾਬ, ਕੀ ਹਾਲ ਹੈ, ਠੀਕ ਠਾਕ ਹੋ? ਮਾਸ਼ਾਅੱਲਾ ਜਨਾਬ, ਕਿਆ ਬਾਤ ਹੈ, ਰੌਣਕਾਂ ਲੱਗ ਗਈਆਂ ਜਨਾਬ ਕਿਚਨ 'ਚ। ਬਿਲਕੁਲ ਜਨਾਬ, ਅਸੀਂ ਪਿਛਲੀ ਬਟ ਕੜਾਈ ਵੀਡੀਓ ਬਣਾਈ ਸੀ ਤਾਂ ਅਸੀਂ ਕਈਆਂ ਭੈਣਾਂ ਭਾਈਆਂ ਜਨਾਬ ਮੈਸੇਜ ਕੀਤਾ ਸੀ, ਉਹਨਾਂ ਪੁੱਛਿਆ ਸੀ ਕਿ ਓਨਰ ਕੌਣ ਹਨ, ਇਸ ਸ਼ਾਪ ਨੇ ਤੁਸੀਂ ਓਨਰ ਨਾਲ ਗੱਪ ਨਹੀਂ ਕੀਤੀ, ਕਿਉਂਕਿ ਪਿਛਲੀ ਵਾਰੀ ਅਸੀਂ ਵੀ ਨਹੀਂ ਪੁੱਛਿਆ
ਉਹਨਾਂ ਜਨਾਬ ਹੈ ਸਾਡੇ ਭਾਈ ਉਹਨਾਂ ਜਨਾਬ ਅਸਲਾਮ ਵਾਲੇਕੁਮ ਕਰਨੇ ਦੱਸਣੇ ਨੂੰ ਅਸਲਾਮ ਵਾਲੇਕੁਮ ਕਰੋ ਭਾਈ ਵਾਲੇਕੁਮ ਸਲਾਮ ਭਾਈ ਜਾਨ ਕੀ ਹਾਲ ਹੈ ਠੀਕ ਠਾਕ ਹੋ ਅਲਹਮਦੁਲਿਲਾ ਮਾਸ਼ਾਅੱਲਾ ਜਨਾਬ ਅਸੀਂ ਕੀ ਕਿਸੇ ਬੰਦੇ ਫਰਮਾਇਸ਼ ਕੀਤੀ ਸੀ ਉਹਨਾਂ ਦਾ ਪੁੱਛਿਆ ਸੀ ਬਈ ਓਨਰ ਨਾਲ ਗੱਲ ਕਰਾਓ ਸਾਡੀ ਮੈਂ ਕਿਹਾ ਜੀ ਜਨਾਬ ਬਿਲਕੁਲ ਸਾਨੂੰ ਉਹਨਾਂ ਨੇ ਮਿਲਾਸਾ ਤੁਸੀਂ ਕੀ ਸਾਰੇ ਭੈਣਾਂ ਭਰਾ ਅਸਲਾਮ ਵਾਲੇਕੁਮ ਕਰੋ ਜਨਾਬ ਅਸਲਾਮ ਵਾਲੇਕੁਮ ਐਵਰੀਬਾਡੀ ਕਰੋ ਜੀ ਕੁਐਸਚਨ ਜੋ ਭੈਣ ਭਾਈ ਪੁੱਛਦੇ ਕੁਐਸਚਨ ਕਰੋ ਮਾਸ਼ਾਅੱਲਾ ਨਹੀਂ ਕੁਐਸਚਨ ਕੋ ਨਹੀਂ ਸੀ ਵੈਸੇ ਉਹ ਪੁੱਛ ਰਹੇ ਸਨ ਕਿ ਤੁਸੀਂ ਓਨਰ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਕਿਹਾ ਯਾਰ ਪੁੱਛਿਆ ਅਸੀਂ ਵੀ ਨਹੀਂ ਬਈ ਓਨਰ ਕੌਣ ਹਨ ਅਸੀਂ ਗਏ ਆ ਖਾਣਾ ਖਾ ਕੇ ਆ ਗਏ ਆ ਤਾਂ ਅੱਜ ਜਨਾਬ ਅਸੀਂ ਸਪੈਸ਼ਲ ਪੁੱਛਣ ਆਏ ਸਨ ਨਾਲੇ ਅਸੀਂ ਖਾਣਾ ਵੀ ਖਾਣਾ ਮੈਂ ਕਿਹਾ ਚਲੋ ਪੁੱਛਣਾ ਓਨਰ ਕੌਣ ਹੈ ਬਿਲਕੁਲ ਜਨਾਬ ਮਾਸ਼ਾਅੱਲਾ ਕਿਤਨਾ ਹੀ ਟਾਈਮ ਹੋ ਗਿਆ ਤੁਸੀਂ ਬਟ ਕੜਾਈ ਬਣਾਈ ਅਸੀਂ ਜੀ ਹੋ ਗਿਆ ਸਾਲ ਹੋ ਗਿਆ ਮਾਸ਼ਾਅੱਲਾ ਅਲਹਮਦੁਲਿਲਾ ਸਾਲ ਹੋ ਗਿਆ ਮਾਸ਼ਾਅੱਲਾ ਤੇ ਕੰਮ ਸ਼ਮ ਕਿਸ ਤਰ੍ਹਾਂ ਚੱਲ ਰਿਹਾ ਅਲਹਮਦੁਲਿਲਾ ਬਿਹਤਰੀਨ ਹੈ ਕੰਮ ਅੱਲਾਹ ਪਾਕ ਦਾ ਸ਼ੁਕਰ ਬਹੁਤ ਅੱਛਾ ਫੀਡਬੈਕ ਹੈ ਸਭ ਠੀਕ ਠਾਕ ਖੈਰੀਅਤ ਠੀਕ ਹੈ ਹਾਂ ਬਿਹਤਰੀਨ ਅੱਲਾਹ ਪਾਕ ਦਾ ਸ਼ੁਕਰ ਮਾਸ਼ਾਅੱਲਾ ਤੇ ਤੁਸੀਂ ਰੋਜ਼ੇ 'ਚ ਕੋਈ ਬੰਦ ਕੀਤਾ ਸੀ ਕੋਈ ਰਿਫਰਬਿਸ਼ ਕੀਤਾ ਉਹਦੇ ਬਾਰੇ 'ਚ ਕੋਈ ਦੱਸੋ ਰੋਜ਼ੇ 'ਚ ਅਸੀਂ ਨਾ ਕੰਮ ਕਰਾਇਆ ਸੀਗਾ ਜੀ ਤੇ ਉਹ ਕੀ ਇਸ ਲਈ ਕੀਤਾ ਸੀ ਕੁਝ 2 ਵੀਕ ਲਈ ਹਾਂਜੀ ਤੇ ਅਲਹਮਦੁਲਿਲਾ ਉਸ ਤੋਂ ਬਾਅਦ ਫਿਰ ਅਸੀਂ ਓਪਨ ਕਰਤਾ ਅਪਗ੍ਰੇਡ ਕੀਤਾ ਦੇਖਿਆ ਪਰਲੀਸ ਸਾਈਡ ਤੇ ਹਾਲ ਵੀ ਬਣਿਆ ਆ ਮਾਸ਼ਾਅੱਲਾ ਦੇਖਿਆ ਮਾਸ਼ਾਅੱਲਾ ਬਿਹਤਰੀਨ ਕੀਤਾ ਅਲਹਮਦੁਲਿਲਾ ਸਾਰੀ ਸਫਾਈ ਹੋ ਗਈ ਨਾਈਸ ਹੋ ਗਿਆ ਹੋਰ ਪਹਿਲੇ ਵੀ ਨਾਈਸ ਸੀ ਲੇਕਿਨ ਹੋਰ ਨਾਈਸ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਜੀ ਜ਼ਬਰਦਸਤ ਜਨਾਬ ਹੋੜੇ ਤੁਸੀਂ ਕੀ ਤਿਆਰ ਕਰ ਰਹੇ ਹੋ ਇਹ ਬਾਰੇ ਚ ਕੋਈ ਦੱਸੋ ਨਾ ਜੀ ਉਹ ਫੈਮਿਲੀ ਪਲੇਟਰ ਆ ਬਿਕਸ ਗ੍ਰਿਲ ਜਿਹਨੂੰ ਕਹਿੰਦੇ ਨੇ ਹੈ ਜੀ ਤੇ ਨਾਲ ਚੀਜ਼ ਕਬਾਬ ਅਤੇ ਚੀਜ਼ ਚਿਕਨ ਚੀਜ਼ ਕਬਾਬ ਹੈ ਚੀਜ਼ ਨਜ਼ਰ ਆ ਰਹੀ ਹੈ ਚੀਜ਼ ਅਸੀਂ ਬਿਲਕੁਲ ਫਰੈਸ਼ ਹੈ ਚੀਜ਼ ਇਹਦੇ ਅੰਦਰ ਸਟਫ ਕੀਤੀ ਹੋਈ ਹੈ ਮਿਕਸ ਹੈ ਕਿ ਮਾਸ਼ਾਅੱਲਾ ਮਾਸ਼ਾਅੱਲਾ ਯਾਨੀ ਕਿ ਚੀਜ਼ ਵਾਲਾ ਇਹ ਸੀ ਕਬਾਬ ਹੈ ਜੀ ਹਾਂਜੀ ਚਿਕਨ ਚੀਜ਼ ਕਬਾਬ ਮਾਸ਼ਾਅੱਲਾ ਮਾਸ਼ਾਅੱਲਾ ਤੇ ਹੋਰ ਉਸ ਤੋਂ ਅੱਗੇ ਜਿਹੜੇ ਸੀ ਕਬਾਬ ਹਨ ਉਹ ਕਿਹੜੇ ਕਿਹੜੇ ਇਹ ਮਟਨ ਸੀ ਕਬਾਬ ਹੈ ਜੀ ਜੀ ਮਟਨ ਸੀ ਕਬਾਬ ਫੈਮਿਲੀ ਪਰ ਲੈਮ ਚਾਪ ਚਿਕਨ ਟਿੱਕਾ ਚਿਕਨ ਵਿੰਗ ਹੈ ਮਾਸ਼ਾਅੱਲਾ ਇਹ ਸਾਰਾ ਇਸ ਨੂੰ ਕੀ ਕਹਿੰਦੇ ਜਿਹੜਾ ਬਣਾ ਰਹੇ ਹੋ ਤੁਸੀਂ ਇੱਕ ਮਿਕਸ ਗ੍ਰਿਲ ਹੈਗੀ ਇੱਕ ਅੱਛਾ ਤੇ ਚਿਕਨ ਚੀਜ਼ ਕਬਾਬ ਹੈਗਾ ਜੀ ਇਹ ਇਹਦੇ ਚ 5 ਆਈਟਮ ਹੁੰਦੀ ਹੈ ਮਿਸ ਗ੍ਰਿਲ ਵਿੱਚ ਚਿਕਨ ਟਿੱਕਾ ਹੋ ਗਿਆ ਚਿਕਨ ਸੀ ਕਬਾਬ ਹੋ ਗਿਆ ਮਟਨ ਸੀ ਕਬਾਬ ਹੋ ਗਿਆ ਚਿਕਨ ਵਿੰਗ ਹੋ ਗਿਆ ਲੈਮ ਚਾਪ ਹੋ ਗਿਆ ਇਹ ਸਾਰਾ ਮਿਕਸ ਕਰਕੇ ਇਹਨਾਂ ਦਾ ਕੰਬੀਨੇਸ਼ਨ ਹੈ ਪੰਜ ਚੀਜ਼ਾਂ ਕਰਕੇ ਫੈਮਿਲੀ ਪਲੇਟਰ ਦੇ ਨਾਮ ਤੋਂ ਅਸੀਂ ਸਰਵ ਕਰੀਏ ਫੈਮਿਲੀ ਪਲੇਟਰ ਮਾਸ਼ਾਅੱਲਾ ਇਹ ਜਨਾਬ ਫੈਮਿਲੀ ਪਲੇਟਰ ਤਿਆਰ ਹੋ ਰਿਹਾ ਜਨਾਬ ਇਹ ਜਿਹੜਾ ਭਾਈਰ ਬਣਾ ਰਹੇ ਨੇ ਜੀ ਇਹਦੇ ਵਿੱਚ ਸੀ ਕਬਾਬ ਵਗੈਰਾ ਲੈਮ ਚਾਪ ਟਿੱਕੇ ਵਗੈਰਾ ਵਿੰਗ ਸਾਰੀਆਂ ਚੀਜ਼ਾਂ ਦੇ ਵਿੱਚ ਅੱਗੇ ਮਾਰੋ ਕੈਮਰਾਮੈਨ ਜੀ ਦੱਸੋ ਮਾਸ਼ਾਅੱਲਾ ਜਨਾਬ ਇਹ ਫੈਮਿਲੀ ਪਲੇਟਰ ਤਿਆਰ ਹੋ ਰਿਹਾ ਜੀ ਜ਼ਬਰਦਸਤ ਜ਼ਬਰਦਸਤ ਠੀਕ ਹੈ ਜਨਾਬ ਅਸੀਂ ਹੁਣ ਚੱਲੇ ਆ ਬਹਿਣੇ ਆ ਤਾਂ ਜੂਈ ਫੂਡ ਜਨਾਬ ਟੇਬਲ ਪਰ ਆਉਣਾ ਅਸੀਂ ਤੁਹਾਨੂੰ ਇਹ ਵੀ ਫਿਰ ਦੱਸਣੇ ਆ ਉੱਥੇ ਠੀਕ ਹੈ ਥੈਂਕ ਯੂ ਵੈਰੀ ਮਚ ਭਾਜੀ ਤੁਹਾਡਾ ਜਨਾਬ ਟਾਈਮ ਕੱਢਣ ਦਾ ਬੜੀ ਮਿਹਰਬਾਨੀ ਲੋ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਖਿਦਮਤ ਦਿੱਤਾ ਜਿਹੜਾ ਭੈਣ ਭਾਈਆਂ ਨੇ ਕਿਹਾ ਸੀਗਾ ਉਹਨਾਂ ਨਾਲ ਵੀ ਮੁਲਾਕਾਤ ਹੋ ਗਈ ਹੈ ਥੈਂਕ ਯੂ ਵੈਰੀ ਮਚ ਜੀ ਮਜ਼ੀਦ ਹੁਣ ਸਾਨੂੰ ਫੀਡਬੈਕ ਦੇਣ ਤਾਂ ਕਿ ਅਸੀਂ ਆਪਣੇ ਆਪ ਨੂੰ ਬਿਹਤਰ ਕਰੀਏ ਹੋਰ ਬਿਲਕੁਲ ਜਨਾਬ ਬਿਲਕੁਲ ਸਾਡੇ ਭੈਣਾ ਭਾਈ ਜਨਾਬ ਜ਼ਰੂਰ ਆਣਗੇ ਤੁਹਾਡੇ ਕੋਲ ਖਾਣਾ ਵੀ ਖਾਣਗੇ ਇਨਸ਼ਾਅੱਲਾ ਠੀਕ ਹੈ ਜਨਾਬ ਅਸੀਂ ਬੈਠਣੇ ਹੋ ਤੁਸੀਂ ਤਿਆਰ ਕਰੋ ਬਿਸਮਿਲਲਾਹ ਬਿਸਮਿਲਲਾਹ ਰਹਿਮਾਨ ਰਹੀਮ ਭੈਣ ਭਰਾਓ ਬਿਲਕੁਲ ਫਾਈਨਲੀ ਜਨਾਬ ਖਾਣਾ ਜਿਹੜਾ ਸਾਡਾ ਟੇਬਲ ਪਰ ਆ ਗਿਆ ਅੱਜ ਕਿਉਂਕਿ ਅਸਾਂ ਖਾਣੇ ਨੇ ਅਜੇ ਟਾਈਮ ਨਹੀਂ ਸੀ ਸਾਡਾ ਠੀਕ ਹੈ ਨਾ ਅੱਜ ਅਸਾਂ ਕਰੀ ਨਹੀਂ ਹੁੰਦੀ ਅੱਜ ਅਸਾਂ ਸਿਰਫ ਸਟਾਰਟਰ ਵਗੈਰਾ ਜਿਹੜੇ ਨੇ ਉਹ ਹੁੰਦੇ ਨੇ ਤਾਂ ਅੱਜ ਅਸਾਂ ਜਨਾਬ ਸਟਾਰਟਰ ਟੇਸਟ ਕਰ ਸਾਂ ਇਹਨਾਂ ਨੇ ਜਨਾਬ ਮਾਸ਼ਾਅੱਲਾ ਵੈਸੇ ਵੀ ਇਹਨਾਂ ਨੇ ਸਟਾਰਟਰ ਨਾਈਸ ਹੋਣੇ ਨੇ ਅਸਾਂ ਅੱਗੇ ਖਾਧੇ ਲੇਕਿਨ ਅੱਜ ਅਸਾਂ ਤੁਸੀਂ ਫਿਰ ਦੱਸਣੇ ਜਨਾਬ ਬਿਸਮਿਲਲਾਹ ਰਹਿਮਾਨ ਰਹੀਮ ਬਿਲਕੁਲ ਜਨਾਬ ਇਹ ਅਸਾਂ ਜਨਾਬ ਸਟਾਰਟਰ ਬਣੇ ਆ ਟੇਸਟ ਕਰਨੇ ਆ ਤੁਸੀਂ ਕੀ ਦੱਸਣੇ ਆ ਜਨਾਬ ਠੀਕ ਹੈ ਜੀ ਮਾਸ਼ਾਅੱਲਾ ਇਹਨਾਂ ਜਿਹੜੀ ਆਪਾਂ ਪ੍ਰੈਜੈਂਟੇਸ਼ਨ ਕੀਤੀ ਹੈ ਤੱਕੋ ਮਾਸ਼ਾਅੱਲਾ ਰੌਣਕਾਂ ਬਣਾ ਕੇ ਦਿੱਤੀਆਂ ਨੇ ਜਨਾਬ ਸਹੀ ਜ਼ਬਰਦਸਤ ਇਹ ਜਨਾਬ ਤੱਕੋ ਤੁਸੀਂ ਇਹਨਾਂ ਨੇ ਮਾਸ਼ਾਅੱਲਾ ਧਨੀਆ ਕਿਸ ਤਰ੍ਹਾਂ ਉੱਪਰ ਲਾ ਕੇ ਜਨਾਬ ਜ਼ਬਰਦਸਤ ਹੈ ਜੀ ਕਿਆ ਬਾਤ ਹੈ ਜਨਾਬ ਮੈਂ ਆਹਣਾ ਜੀ ਬਟ ਕੜਾਈ ਵਾਲੇ ਛਾ ਗਏ ਜਨਾਬ ਖਾ ਗਏ ਇਹ ਟ੍ਰੀ ਜਨਾਬ ਬਣੀ ਹੈ ਮਾਸ਼ਾਅੱਲਾ ਤੱਕੋ ਨਾ ਜ਼ਬਰਦਸਤ ਜਨਾਬ ਕਿਆ ਬਾਤ ਹੈ ਜੀ ਹੈ ਜੀ ਬਿਲਕੁਲ ਜਨਾਬ ਅਸੀਂ ਹੁਣ ਫੂਡ ਟੇਸਟ ਕਰਨੇ ਆ ਬਿਸਮਿਲਲਾਹਿ ਰਹਿਮਾਨਿ ਰਹੀਮ ਠੀਕ ਹੈ ਜਨਾਬ ਇਹ ਅਸਾਂ ਟੇਸਟ ਕਰਕੇ ਵੀ ਦੱਸਣੇ ਹਾਂ ਜੀ ਬਿਸਮਿਲਲਾਹਿ ਰਹਿਮਾਨਿ ਰਹੀਮ ਮਾਸ਼ਾਅੱਲਾ ਜੀ ਇਹ ਹੈ ਜਨਾਬ ਟਿੱਕਾ
ਮਾਸ਼ਾਅੱਲਾ ਜ਼ਬਰਦਸਤ ਜੀ, ਬਿਸਮਿਲਲਾਹ। ਤੇ ਕਿਹਨੇ ਜਨਾਬ, ਕਿਆ ਬਾਤ ਹੈ, ਮਾਸ਼ਾਅੱਲਾ। ਬਿਲਕੁਲ ਜੀ, ਇਹ ਨਾਨ ਬ੍ਰੈਡ ਵੀ ਅਸੀਂ ਇੱਥੇ ਟਰਾਈ ਕਰਨੇ ਹਾਂ, ਨਾਨ ਬ੍ਰੈਡ ਇਹਨਾਂ ਨਾਲ ਜਨਾਬ ਤਿੱਕੇ ਨਾਲ ਲਾ ਕੇ ਟਰਾਈ ਕਰਨੇ ਹਾਂ। ਬਿਸਮਿਲਲਾਹ। ਮਾਸ਼ਾਅੱਲਾ ਜੀ, ਮੈਂ ਨਾ ਕਿਆ ਬਾਤ ਹੈ, ਬਗੈਰ ਚਟਨੀ ਨੂੰ ਟਰਾਈ ਕੀਤਾ ਹੈ, ਕਿਉਂਕਿ ਚਟਨੀ ਲਾਓ ਨਾ ਉਹ ਫਿਰ ਟੇਸਟ ਚਟਨੀ ਨਾ ਆਉਣਾ, ਸਿਰਫ ਚਟਨੀ ਤੋਂ ਬਗੈਰ ਟੇਸਟ ਕੀਤਾ। ਮੈਂ ਨਾ ਜੀ ਕਿਆ ਬਾਤ ਹੈ, ਜ਼ਬਰਦਸਤ। ਬਾਕੀ ਵੀ ਮਾਸ਼ਾਅੱਲਾ ਇਹਨਾਂ ਨੂੰ ਫੂਡ ਸਟਾਰਟਰ ਵਗੈਰਾ ਜਿਹੜੇ ਵੈਰੀ ਨਾਇਸ ਹਨ। ਉਸ ਤੋਂ ਬਾਅਦ ਕਬਾਬ ਅਸੀਂ ਜਨਾਬ ਟਰਾਈ ਕਰਨੇ ਆ। ਕਬਾਬ ਤੁਸੀਂ ਜਨਾਬ ਇਹਨਾਂ ਨੂੰ ਦੇਖੋ, ਮਾਸ਼ਾਅੱਲਾ ਇਹੋ ਜਿਹਾ ਕਬਾਬ ਤੁਹਾਨੂੰ ਕਿਧਰੇ ਵੀ ਨਹੀਂ ਮਿਲਣਾ, ਠੀਕ ਹੈ ਜੀ। ਇਸਦੇ ਵਿੱਚ ਚੀਜ਼ ਪਈ ਹੈ, ਠੀਕ ਹੈ ਜੀ, ਚੀਜ਼ ਵਾਲੇ ਕਬਾਬ ਬਣੇ ਮਾਸ਼ਾਅੱਲਾ। ਇਹ ਵੀ ਥੋੜ੍ਹਾ ਜਿਹਾ ਤਰੋੜ ਕੇ ਚੈੱਕ ਕਰਨੇ ਆ। ਅਸੀਂ ਕਿਚਨ 'ਚ ਗਏ ਸਾਂ, ਉਹਨਾਂ ਫਰੈਸ਼ ਚੀਜ਼ ਸਾਡੇ ਸਾਹਮਣੇ ਬਾਈ ਹੈ ਜਨਾਬ ਇਸਨੇ ਵਿੱਚ, ਠੀਕ ਹੈ ਜੀ। ਯਾਨੀ ਕਿ ਕਿਵੇਂ ਵੀ ਚੀਜ਼ ਮਿਕਸ ਕਰਕੇ ਉਸ ਨਾਲ ਜਨਾਬ ਇਹਨਾਂ ਕਬਾਬ ਬਣਾਇਆ, ਠੀਕ ਹੈ ਜੀ। ਬਿਸਮਿਲਲਾਹ ਰਹਿਮਾਨ ਰਹੀਮ, ਇਸ ਕਿਸੇ ਨਾਂ ਨਾਲ ਟਰਾਈ ਕਰਨੇ ਆ ਜੀ। ਬਿਸਮਿਲਲਾਹ। ਬਿਲਕੁਲ ਜਨਾਬ, ਸਾਡੇ ਜਿਹੜੇ ਕੈਮਰਾਮੈਨ ਹਨ ਇਹਨਾਂ ਕੀ ਲੱਗੀ ਹੁਣ ਭੁੱਖ, ਭਿਆਣ ਜੀ ਬਸ ਜਲਦੀ ਕਰੋ, ਵੀਡੀਓ ਬਣਾ, ਮਜ਼ਾਕ ਕਰਨੇ। ਬਿਲਕੁਲ ਜੀ, ਇਹ ਜਨਾਬ ਅਸੀਂ ਟਰਾਈ ਕਰਕੇ ਦੱਸਣੇ ਆ। ਬਿਸਮਿਲਲਾਹ ਰਹਿਮਾਨ ਰਹੀਮ। ਮਾਸ਼ਾਅੱਲਾ ਇਹ ਜਨਾਬ ਚੀਜ਼ ਕਬਾਬ ਸੀ, ਮਾਸ਼ਾਅੱਲਾ ਚੀਜ਼ ਕਬਾਬ ਨੂੰ ਵੀ ਕਿਆ ਬਾਤ ਹੈ ਜੀ। ਉਸ ਤੋਂ ਬਾਅਦ ਲੈਂਪ ਚੌਪਸ ਦੱਸਣੇ ਤੁਸੀਂ ਗਿਆ ਜੀ। ਲੈਂਪ ਚੌਪਸ ਤੱਕ ਜਨਾਬ ਮਾਸ਼ਾਅੱਲਾ ਕਿਸ ਤਰ੍ਹਾਂ ਨਾਇਸ ਗ੍ਰਿਲ ਹੋਈ ਹੈ, ਜ਼ਬਰਦਸਤ ਜਨਾਬ, ਕਿਆ ਬਾਤ ਹੈ ਜੀ। ਬਿਲਕੁਲ ਇਹ ਵੀ ਟਰਾਈ ਕਰਨੇ ਆ ਹੁਣ। ਮਾਸ਼ਾਅੱਲਾ ਤੁਸੀਂ ਤੱਕ ਹੋਵੇ ਗਲੀ ਕਿਸ ਤਰ੍ਹਾਂ ਜੀ, ਜ਼ਬਰਦਸਤ। ਬਿਸਮਿਲਲਾਹ ਰਹਿਮਾਨ ਰਹੀਮ। ਇਹ ਜਿਹੜੀ ਲੈਂਪ ਚੌਪਸ ਹੈ ਨਾ, ਇਹ ਸਾਡੇ ਕੈਮਰਾਮੈਨ ਦੀ ਫੇਵਰੇਟ ਹੈ। ਅੱਜ ਵੈਸੇ ਸਾਡਾ ਰੋਟੀ ਨੇ ਜਿਹੜਾ ਇਸ ਦਾ ਟਾਈਮ ਨਹੀਂ ਸੀ, ਰੋਟੀ ਅਸਾਂ ਨਹੀਂ ਸੀ ਖਾਣੀ ਹੁਣ, ਲੇਕਿਨ ਇੰਨਾ ਆਇਆ ਜਿਵੇਂ ਜੁਲਨੇ ਅੱਜ ਹਾਲੀ ਸਟਾਰਟਰ ਸਿਖਾ ਸਾਂ, ਕਿਉਂਕਿ ਇਹਨਾਂ ਕਿ ਲੈਂਪ ਚੌਪਸ ਅਤੇ ਕਬਾਬ ਬਹੁਤ ਪਸੰਦ ਆਏ ਸਨ ਪਿਛਲੀ ਦਫ਼ਾ। ਮੈਂ ਕਿਹਾ ਜੀ ਬਿਲਕੁਲ ਜੁਲਨੇ ਅਸਾਂ ਜਨਾਬ, ਇਹਨਾਂ ਨੇ ਕਬਾਬ ਵੀ ਟੇਸਟ ਕਰਾ ਸਾਂ, ਤੁਸੀਂ ਕਿ ਨਾਨ ਵੀ ਟੇਸਟ ਕਰਾ ਸਾਂ, ਔਰ ਸਟਾਰਟਰ ਸਾਰਾ ਤੁਸੀਂ ਟੇਸਟ ਕਰਾਉਣੇ ਆ। ਬਿਲਕੁਲ ਅਸਾਂ ਹੁਣ ਖਾਣਾ ਖਾਣੇ ਆ, ਖਾਣੇ ਤੋਂ ਬਾਅਦ ਤੁਸੀਂ ਮਿਲਣੇ ਆ। ਇਹ ਤਾਂ ਸਾਰਾ ਫੂਡ ਜਨਾਬ ਤੁਸੀਂ ਕੀ ਦੱਸਿਆ ਨਾ। ਉਸ ਤੋਂ ਬਾਅਦ ਜਨਾਬ ਮੈਂਗੋ ਲੱਸੀ, ਮਾਸ਼ਾਅੱਲਾ ਜਿਹੜੀ ਨਾ ਮੈਂਗੋ ਲੱਸੀ ਬਣਾਈ ਹੈ ਜਨਾਬ, ਮੈਂ ਜੀ ਕਿਆ ਬਾਤ ਹੈ। ਬਿਸਮਿਲਲਾਹ। ਸਹੀ ਪ੍ਰੋਪਰ ਮੈਂਗੋ ਲੱਸੀ ਜਿਸ ਤਰ੍ਹਾਂ ਹੋਣੀ ਹੈ ਨਾ ਉਹ ਬਣਾਈ ਹੈ ਜਨਾਬ ਇਹਨਾਂ, ਜ਼ਬਰਦਸਤ। ਅਸੀਂ ਹੁਣ ਖਾਣਾ ਖਾਣੇ ਜਨਾਬ, ਫਿਰ ਤੁਸੀਂ ਉਹਨਾਂ ਨੂੰ ਮਿਲਣੇ ਜੀ। ਬਿਲਕੁਲ ਜਨਾਬ, ਅਲਹਮਦੁਲਿਲਾ, ਖਾਣਾ ਅਸਾਂ ਖਾਧਾ ਜਨਾਬ, ਮਾਸ਼ਾਅੱਲਾ ਵੈਰੀ ਨਾਈਸ ਸੀ। ਉਮੀਦ ਹੈ ਤੁਸੀਂ ਵੀਡੀਓ ਪਸੰਦ ਕੀਤੀ ਹੋ ਸੀ। ਬਿਲਕੁਲ ਤੁਸੀਂ ਵੀ ਜਨਾਬ ਜ਼ਰੂਰ ਇੱਥੇ ਆਓ, ਬਟ ਕੜਾਈ ਬ੍ਰੈਡਫੋਰਡ ਬੰਬੇ ਸਟੋਰ ਨੇ ਕੋਲ ਜਨਾਬ ਹੈ, ਇੱਥੇ ਆਓ ਜਨਾਬ, ਜ਼ਰੂਰ ਇਹਨਾਂ ਨਾਲ ਖਾਣਾ ਟਰਾਈ ਕਰੋ, ਬਹੁਤ ਨਾਈਸ ਖਾਣਾ ਬਣਾਉਣੇ ਨੇ। ਚਿਕਨ ਕੜਾਈਆਂ, ਲੈਂਬ ਕੜਾਈਆਂ ਜਨਾਬ, ਘਿਓ 'ਚ ਦੇਸੀ ਘਿਓ 'ਚ ਹੈ ਜੀ। ਉਸ ਤੋਂ ਬਾਅਦ ਸਟਾਰਟਰ ਜਿਹੜੇ ਮੈਂ ਆਉਣਾ, ਕਿਆ ਬਾਤ ਹੈ ਇਹਨਾਂ ਦੀ, ਬਿਲਕੁਲ ਜਨਾਬ ਲਾਹੌਰ ਨੂੰ ਯਾਦ ਆ ਜਾਣੀ ਹੈ ਜੀ, ਵਾਕਿਆ ਬਟ ਕੜਾਈ ਹੈ। ਅਤੇ ਉਮੀਦ ਕਰਨਾ ਵੀ ਸਾਰਿਆਂ ਵੀਡੀਓ ਪਸੰਦ ਕੀਤੀ ਹੋਈ ਸੀ ਜਨਾਬ। ਬਿਲਕੁਲ ਤੱਕਿਆ ਕਰੋ, ਖਾਇਆ ਪੀਆ ਵੀ ਕਰੋ, ਇੰਜੋਏ ਕਰਿਆ ਕਰੋ ਜੀ। ਅਤੇ ਹੁਣ ਇਸ ਨਾਲ ਉਮੀਦ ਹੈ ਕੈਮਰਾਮੈਨ ਇਜਾਜ਼ਤ ਦਿਓ, ਫੀ ਅਮਾਨ ਅੱਲਾਹ।